भी स्वागत है हमारी आज एक नई वीडियो में और हमारे न्यू रूम में। अपना बैक कैमरा दिखाता हूँ मैं, हमारा न्यू रूम। कमेंट हम तो योगी से लग गया, देख लो जी माई न्यू रूम। हाँ काफी तो न्यू करो रही है, ज्यादा ले लग रजाई ओढ़ ले, लगता रस खावा पर ये तो मजा है। तो मन्ने भी जाना है ड्यूटी पर, रोटी पानी परवीन बना लिया ही। मतलब उठा बैंड ला गया ना फोटो ही यार, मेरे तो आप दुखन लाए ना परवीन यार, क्या था पहले की बड़ा क्या था यार, जा मेरा ठंडी हो गई है ना। मेरा दर्द करने लाए रहा मेरा। अब तो जाऊंगी मैं, मेरी फ्रेंड दो रहा, हाँ मेरी बेबे दो जाऊंगा, इधर तेरे पिता रह जाओगी, कौन सी बेबी रह जाऊंगी, जाओगी तुम? इधर हैं इधर इशार इतनी दूर और ठंडे कामों का टिक लाना मेरा टिक जाए ठंडे काम है, बाहर किधर उड़ जाओगी? शूटिंग करने जाऊंगी। शूटिंग में जाओगी? चली जाइए। जाऊंगी बस, टाइम हो गया ना। ले देखो मेरी लोग यहाँ है कुछ नो, क्योंकि मेरा मैं दिखाऊंगी नवीन जी हैं को नहीं, बैक कैमरा दिखा देंगे, ये वाला चूड़ा रहते हैं। जाऊंगी शूटिंग पर, जाते जाते जाए अगली ज्यादा बनाती रहूंगी कि पोजी कितनी। देखो अगर टाइम मिल गया नहीं शूटिंग पे, तो आके भी क्लिप जरूर बनाऊंगी लोग मैं। तो ठीक गाइस, ये चालू हूँ, लेट होने लगा, बस का टाइम हो गया ना, आना भी है, लेट हो जूंगी तो मैं। ठीक है हाय थोड़ी देर में पहुंच जाऊंगी, बस का टाइम लोन लग रहा। देखो मिल गई तो वेट लियो, बस घर वाले में देखो हंसी आई मुझे, घर वाली मेरा लग रहा ਕਣਾ ਪਹੁੰਚ ਗਏ। स्टैंड पे रेलवे वासी का बस स्टैंड है, बस आ लिया। तो
ਘਰ ਸਟੈਂਡ ਪੈ ਦੇਖੋ ਵੀ ਜਾੜੇ ਬਸ ਇਹ ਮੈਂ ਪੁੱਛੇ ਹੋ ਤੇ ਹੁਸ਼ਾਰ ਪੁੱਤੇ ਹਾਂ ਅਰੇ ਕੋਣ ਲੈ ਹੈਲੋ ਗਾਇਸ ਲਾ ਦੇ ਨਾ ਐਸੇ ਆਪਸਨ ਚਲੋ ਆ ਮੈਂ ਤਾਂ ਬੋਲ ਗਿਆ ਉਹ ਜਾ ਕੇ ਚੱਲ ਲਾਂਗੇ ਜਿਹੜਾ ਜਾਣ ਥਾ ਮੇਰੇ ਬੰਦਾ ਤੁਰ ਜਾਣਾ ਸ਼ੂਟਿੰਗ ਬਾਰੇ ਮੈਂ ਤੇ ਵਿੱਚ ਆ ਚੁੱਪੀ ਕਰ ਮੇਰੀ ਰੋਟੀ ਖਾ ਲਈਏ ਨਹੀਂ ਆਈ ਹੋਗੀ ਫਿਰ ਚੱਲ ਲਾਂਗੇ ਫਿਰ ਚੱਲ ਗਿਆ ਮਿਲ ਮੈਂ ਲੱਗਣ ਆਉਣਾ ਦੇਖੋ ਫਿਰ ਮੈਂ ਚੱਲ ਲੂੰਗੀ ਵਾਪਿਸ ਵੀ ਤੋਂ ਜਾਣ ਕੁੰਦੇ ਵਾ ਸਵੇਰ ਲਈ ਚਾਹ ਤੇ ਇਸ ਕੰਮ ਭੂਤ ਨਹੀਂ ਚਪਟੇ ਹੋ ਗਈ ਮੇਰਾ ਚਪਟਦਾ ਤੇਰਾ ਆਪਣਾ ਧੱਕਾ ਕਰ ਰਹੀ ਆ ਰੋਟੀ ਬਣਾਉਣ ਲੈ ਕਰੀ ਤੁਹਾਨੂੰ ਕਹਿ ਦੇਖ ਜਿਸਨੇ ਦੇਖ ਕਿਤਨਾ ਖਰਚਾ ਕਰ ਰੱਖਿਆ ਸੋਰੀ ਇਤਨੀ ਤੰਗ ਨਾ ਹੋਇਆ ਖਰਚਾ ਕੀ ਹੈ ਨਾ ਬਤਾਨੇ ਰੋਟੀ ਖਰਚਾ ਹੋਗਾ ਨਾ ਵੇ ਵੇ ਅਬੇ ਇਹ ਕਿਤੇ ਲਗਾ ਰਹੀ ਸੋ ਕੰਮ ਪਰ ਪਰ ਵੀ ਨਾ ਪਿਆ ਪੀਗਾ ਇਹ ਜੋ ਤੇਲ ਸਰਮਾ ਹੋਇਆ ਤਾਂ ਕੋਣ ਸਰਵਾਂਦੀ ਸੋਰੀ ਬਹੁਤ ਵਾਰ ਬੁਲਾ ਲਈ ਅੱਜ ਆ ਕੇ ਨਹੀਂ ਆਈ ਹੈ ਆਪ ਦਿਨ ਬੜਾ ਵਿਚਾਰੀ ਕਾ ਅੱਜ ਵੀ ਡੱਡ ਹੋ ਰਿਹਾ ਫਿਰ ਇਹ ਰੋਟੀ ਖਾ ਲੈ ਠੰਡੇ ਹੋਇਆ ਤੇਰੀ ਖਾਊਂ ਰੋਟੀ ਖੱਟੇ ਖਾ ਲਿਆ ਮੈਂ ਤੈਨੂੰ ਅੰਬ ਠੰਡੇ ਹੋ ਜਾਏਗੀ ਮਾਂ ਕੀ ਸੋਚਾ ਮੈਂ ਉਹ ਬੁੰਡੇ ਲਾ ਕੇ ਗਿਆ ਸੀ ਕੋਲੋਂ ਗੇ ਰੋਟੀ ਸਬਜ਼ੀ ਵੀ ਠੱਗਰ ਅੰਦਰ ਰੱਖੀ ਹੈ ਤਾਂ ਠੀਕ ਹੈ ਅੱਜ ਮੈਂ ਰੋਟੀ ਖਾ ਲਈ ਆਪ ਵੀ ਖਾ ਲਓ ਮੈਂ ਚੱਲ ਆਪਣੇ ਪਾਰਕ ਲਿਆ ਫਿਰ ਟਾਊਨ ਪਾਰਕ ਮੈਂ ਟਾਊਨ ਪਾਰਕ ਵਾਂ ਜਾ ਕੇ ਮਿਲਾਂਗੇ ਆਪਣਾ ਇਤਨਾ ਮਨ ਵੇਰਾ ਕੋ ਨਹੀਂ ਸਵੀਟੀ ਨਾ ਵੇਰਾ ਆਮ ਜਾਮ ਗਾਇਜ ਟਾਵਰ ਪਾਰਕ ਮੈਂ ਜੋ ਹੀ ਸ਼ਹਿਰ ਦਾ ਮਸ਼ਹੂਰ ਪਾਰਕ ਹੈ ਟਾਵਰ ਪਾਰਕ ਪਹਿਲੀ ਵਾਰ ਆਈ ਹੂੰ ਕਭੀ ਸਵੀਟ ਕੇ ਗੱਲ ਹੈ ਖਰੀਦੇ ਕੇ ਸੂਟ ਦੇਖਾਂਗੇ ਕਿਹਦਾ ਪਸੰਦ ਆਊਗਾ ਬੀਨੀ ਕਰ ਮੇਰਾ ਬੀਨੀ ਕਾ ਨਹੀਂ ਇਸ ਚੀਜ਼ ਕਾ ਮੇਰਾ ਚੱਕਰ ਦਿਖਦਾ ਕੁਛ ਵੀ ਸੂਟ ਕਿਸੇ ਦਿਖਾ ਰਿਹਾ ਪਸੰਦ ਆਇਆ ਕੋਈ ਪਸੰਦ ਦੁਕਾਨ ਪਰ ਲੱਗ ਰਿਹਾ ਦੇਖਣ ਸੂਟ ਇਹ ਕੋਈ ਮਹਿੰਗਾ ਚਲੇਗਾ 1400 ਤੱਕ ਦਿਖਾ ਦੋ ਪਸੰਦ ਆਣਾ ਦੇ ਤਰਾ ਮਲੇ ਬਤਾਣਾ ਠੀਕ ਰਹਤਾ ਨਾ ਜੀ ਦੇਖੋ ਜਿੰਦਲ ਟਾਵਰ ਪੇ ਤਾਂ ਆਪਣਾ ਲੋਕੇਸ਼ਨ ਦਿਖਾਵਾਂਗੇ ਵੀਡੀਓ ਜਿੰਦਲ ਟਾਵਰ ਪੇ ਚੜ ਕੇ ਦਿਖਾਵਾਂਗੇ ਕਿਤਨੀ ਉੱਚੇ ਹੈ ਨਾ ਟਾਵਰ ਪੇ ਕੌਣ ਚੜਦੀ ਇਹਨਾਂ ਮੇਰੇ ਨੇਮ ਖਾ ਰਹੀ ਗਾ ਜਾਂ ਕੀ ਲੋਕੇਸ਼ਨ ਚਲਾ ਚਲਾ ਤੇ ਸਾਰਾ ਘੁਮਾ ਫਿਰ ਕੇ ਦਿਖਾ ਕੇ ਲਿਆਉਂਗੀ ਤੈਨੂੰ ਤੋ ਦੇਖ ਲਓ ਗਾ ਜਿਹੜਾ ਕੰਟਿਨ ਹੋ ਗਿਆ ਨੀ ਕੈਂਟਿੰਗ ਹੈ ਆ ਤੋ ਦੇਖੋ ਗਾ ਬਹੁਤ ਬੜੀ ਆਟਾ ਪਾਰਕ ਹੈ ਉਹ ਸ਼ਹਿਰ ਦਾ ਮਸ਼ਹੂਰ ਪਾਰਕ ਹੈ ਆਓ ਨਾ ਜਬ ਦੇਖ ਕੇ ਜਾਈਓ ਤੇਰੇ ਕਣੀ ਅੰਦਰ ਫਿਰ ਬੋਲੇ ਹੀ ਬਣ ਜਾਗਾ ਤੋ ਦੇਖ ਲਓ ਗਾ ਜੀ ਆ ਗਏ ਕੰਟਿਨ ਹੈ ਧੋਖੇ ਤੋਂ ਬੋਲੇ ਵਾਓ ਜੁੱਲੇ ਵੀ ਮਾਪੇ ਤੋ ਮੁਝੇ ਹੋ ਗਈ ਮੇਰੇ ਤੋ ਦੇਖ ਲਓ ਗਾ ਜੀ ਹਾਂ ਮੈਂ ਤਾਂ ਪਹਿਲੀ ਵਾਰ ਆਈ ਬਈ ਇਸ ਗਲਾ ਆਈ ਸਵੀਟੀ ਗਲਾ ਮੈਂ ਤਾਂ ਕਈ ਵਾਰ ਆਲੀ ਵੈਸੇ ਤੋ ਥੋੜਾ ਜੁੱਲ ਲੈ ਚੱਲ ਬੈਠੇਗੀ ਚੱਲ ਗੋਲ ਗੋਲ ਬੈਠਾਂਗੇ ਉਸ ਬੈਠਾਂਗੇ
ਸ਼ਾਮੀ ਵਾਲਾ ਮੈਂ ਹਾਂ ਸ਼ਾਮੀ ਵਾਲਾ ਮੈਂ ਤਨਾ ਕੱਲੀ ਨੇ ਬਿਠਾਉਂਗੀ ਹਾਂ ਮੈਂ ਤਨੇ ਬਿਠਾਉਂਗੀ ਦੇਖ ਲਿਓ ਭਾਈ ਜੀ ਬੀਨੀ ਇਹਨੇ ਡਰੇ ਬਹੁਤ ਕਿ ਕੋ ਨੀਚਾ ਉਸ ਮੁੰਡਰ ਤੇ ਉਹਨੇ ਕਿਤਨੇ ਉਸ ਤੋਂ ਡਰ ਜੂਗੇ ਉਹ ਤੋਂ ਸਮਝ ਡਾਣੀ ਤਾ ਉਸ ਪੈ ਗਾਈ ਜੀ ਬਹੁਤ ਡਰ ਹੈ ਬਹੁਤ ਡਰ ਹੈ ਇਸ ਦਾ ਡਰ ਖੋਲਣਾ ਆ ਜੀ ਡਰ ਮੈਂ ਬੇਰਾ ਮੈਂ ਇੱਕ ਵਾਰ ਦੁੱਲਾਂ ਬੈਠ ਗਈ ਗਾਈ ਨਵੀਨ ਜੀ ਦੇ ਸਾਥੀ ਨਵੀਨ ਜੀ ਨੇ ਦੁੱਲਾ ਥਮਾਣਾ ਪੜਾ ਫਿਰ ਮੇਰਾ ਘਬਰਾ ਡੋ ਗਈ ਮੇਰਾ ਸਾਹ ਸੀ ਫਿਰ ਤੂੰ ਉੱਚਾ ਜੁੱਲਾਂ ਬੈਠ ਕੋਣ ਸਕਾ ਉਹ ਨਹੀਂ ਮਤ ਮਾਰੂੰ ਬਈ ਮੈਂ ਬੈਠਣਾ ਦੁੱਲਾ ਮੈਂ ਅੱਜ ਤੇਰਾ ਡਰ ਖੋਲ ਲਾਂਗੇ ਤਾਂ ਗਾਈ ਜਾ ਇਸ ਦਾ ਪੂਰਾ ਡਰ ਖੋਲਣਾ ਅੱਜ ਮੈਂ ਪੂਰਾ ਮਨ ਮਾਰ ਯਾ ਜੇ ਤਾਂ ਪਾਰਕ ਮੈਂ ਲਈ ਮੈਂ ਸੁਣਾ ਅਰੇ ਪੁੱਛਣ ਕੋ ਦਿੰਦੀ ਮੈਂ ਘਰਾਂ ਬਿਠਾਓ ਤੋ ਹੈ ਬੈਟਰੀ ਲੋ ਹੈਗੀ ਨਾ ਇਸ ਬੈਟਰੀ ਕੋਲ ਫਿਰ ਲੇਟ ਹੋਰ ਮੈਂ ਇਸ ਕਰਕੇ ਜਾਵਾਂਗੇ ਸਾਰਾ ਦੇਖੋ ਕਿੰਨਾ ਸੁਰਗੁੱਦਰ ਲੋਕੇਸ਼ਨ ਦਿਖਾਤੀ ਮੈਂ ਆਪਣੇ ਦੇਖ ਲਈ ਚੜਦੀ ਗਾਈ ਨੂੰ ਬਤਾਓ ਕਦੇ ਉੱਪਰ ਤੋਂ ਕੁਦਣਾ ਤਾਂ ਫਿਰ ਚੜ ਜੂਗੀ ਕਿੰਨੀ ਭੀੜ ਹੋ ਰਹੀ ਹੈ ਦੇਖੀਏ ਪਕੌੜੇ ਬਣਾਉਣ ਲੱਗ ਰਿਹਾ ਉਸ ਤੋਂ ਆਲੂ ਕੇ ਪਿਆਜ਼ ਭਲ ਲੱਗੇ ਦੇਖ ਹਲੋ ਆਏ ਦੇਖੇ ਪਾ ਕਰ ਜੀ ਰਹਾ ਮੇਰਾ ਹੱਥ ਕੱਟ ਰਿਹਾ ਅਮਨ ਜੀ ਨੂੰ ਦਿੰਦਾ ਇਹ ਹੈ ਆਲੂ ਗਿਰ ਗਏ ਹੈ ਪਕੌੜੇ ਖਾ ਸਹੀ ਹੈ ਉਹ ਪਕੌੜੇ ਬਣਾਵਾਂਗੇ ਕੋੜੇ ਬੇਸਨ ਵੀ ਛਾਣ ਦੇ ਪਿਆਰੀ ਨਾਲ ਪੱਲ ਲੱਕੇ ਆਲੂ ਕੇ ਬਣਾਵਾਂਗੇ ਦੇਖਤੇ ਹੈ ਵੀ ਕੀ ਕਰਦੇ ਹੈ ਕੀ ਨਹੀਂ ਅਰੇ ਪਕੌੜੇ ਗਰਮਾ ਗਰਮ ਅੱਧੇ ਬਣ ਕੇ ਤਿਆਰ ਹਾਂ ਇਹ ਰਹਿ ਰਹੇ ਹਾਂ ਕਿਉਂਕਿ ਲੇਟ ਹੋ ਗਏ ਥੇ ਔਰ ਆਜ ਕਾ ਵੀ ਲੋਗੋ ਬਸ ਇਤਨਾ ਹੀ ਤੋ ਮਿਲਤੇ ਹੈ ਨੈਕਸਟ ਵੀ ਲੋਗੋ ਮੈਂ ਤੋ ਚੈਨਲ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੋ ਠੀਕ ਹੈ ਗਾਇਜ਼ ਬਾਏ।